ਵਾਜੇ ਕਾਮ ਟੀਵੀ ਦੇਖ ਰਹੇ ਸਾਰਿਆਂ ਦਾ ਹਾਰਦਿਕ ਸਵਾਗਤ ਕਰਦੇ ਹਾਂ। ਅੱਜ ਅਸੀਂ ਗੱਲਬਾਤ ਕਰਾਂਗੇ ਕਿਸਾਨ ਮੋਰਚੇ ਦੇ ਸੰਬੰਧਿਤ, ਦਿੱਲੀ ਵਿੱਚ ਚੱਲ ਰਹੇ ਕਿਸਾਨ ਮੋਰਚੇ ਦੇ ਸੰਬੰਧਿਤ ਗੱਲਬਾਤ ਕਰਾਂਗੇ ਮੱਖਣ ਸਿੰਘ ਧਾਲੀਵਾਲ ਜੀ ਦੇ ਨਾਲ, ਜਿਹੜੇ ਕਿ ਜਿਹੜੇ ਕਿਸਾਨੀ ਸੰਘਰਸ਼ ਦੇ ਵਿੱਚ ਕਾਫੀ ਸਰਗਰਮ ਨੇ। ਸਾਡੇ ਚੈਨਲ ਵਿੱਚ ਪਹਿਲਾਂ ਬਹੁਤ ਬਹੁਤ ਤੁਹਾਡਾ ਸਵਾਗਤ ਕਰਦੇ ਹਾਂ, ਧੰਨਵਾਦ। ਆਪਾਂ ਅੱਜ ਕਿਸਾਨ ਮੋਰਚੇ ਬਾਰੇ ਗੱਲਬਾਤ ਕਰਦੇ ਹਾਂ, ਜਿਵੇਂ ਕਿ ਹੁਣ ਅਫਵਾਹਾਂ ਕਹਿ ਸਕਦੇ ਕਿ ਅਫਵਾਹ ਫੈਲ ਰਹੀਆਂ ਕਿ ਹੁਣ ਜਿਹੜਾ ਕਿਸਾਨ ਮੋਰਚਾ ਠੰਡਾ ਪੈ ਗਿਆ, ਤਾਂ ਹੁਣ ਤੁਸੀਂ ਉੱਥੇ ਜਾਂਦੇ ਰਹਿੰਦੇ ਹੋ ਜਾਂ ਜਾ ਕੇ ਆਏ ਹੋ, ਕਿਸ ਤਰ੍ਹਾਂ ਦਾ ਮਾਹੌਲ ਹੈ ਉੱਥੇ? ਉੱਥੇ ਤਾਂ ਪਹਿਲਾਂ ਨਾਲੋਂ ਵਧੀਆ ਮਾਹੌਲ ਚੱਲ ਰਿਹਾ ਹੈਗਾ, ਅਤੇ ਕੋਈ ਐਸੀ ਗੱਲ ਨਹੀਂ ਅਫਵਾਹ ਵਾਲੀ। ਆਪਣੇ ਪਿੰਡ ਰਾਏਪੁਰ ਹੈ ਮੇਰਾ, ਰਾਏਪੁਰ ਪਿੰਡ ਦੇ 3 ਟਰੈਕਟਰ 6 ਟਰਾਲੀਆਂ ਉੱਥੇ ਖੜ੍ਹੀਆਂ ਨੇ, ਅਤੇ 10-15 ਬੰਦੇ ਲਗਭਗ ਹਫ਼ਤਾ ਹਫ਼ਤਾ ਲਾ ਕੇ ਆਉਂਦੇ ਹਾਂ ਅਸੀਂ, ਬਾਰਡਰ ਮੁਤਾਬਕ ਬਾਰੀ ਖੁੱਲ੍ਹੀ ਹੋਈ ਹੈ, ਆਈ ਜਾਈ ਜਾਂਦੇ, ਕੋਈ ਪ੍ਰੋਬਲਮ ਨਹੀਂ ਹੈਗੀ। ਇਕੱਠ ਪਹਿਲਾਂ ਨਾਲੋਂ ਜ਼ਿਆਦਾ ਲੱਗ ਰਿਹਾ, ਇੱਕ ਜਿਵੇਂ ਹੁਣ ਅੱਗੇ ਹਾੜੀ ਦੀ ਫਸਲ ਆ ਰਹੀ ਹੈ, ਤਾਂ ਉਹਨੂੰ ਦੇਖ ਕੇ ਬਹੁਤਾ ਲੋਕ ਜਿਹੜਾ ਚੰਬੇ ਦੇ ਵਿੱਚ ਨੇ ਵੀ ਅੱਗੇ ਕੀ ਹੋ ਸਕਦਾ, ਕੋਈ ਗਿਣਤੀ ਤਾਂ ਨਹੀਂ ਘਟੂਗੀ, ਜਾਂ ਜਿਹੜਾ ਇਹਦਾ ਸਾਰਾ ਪ੍ਰਬੰਧ ਹਾੜੀ ਦਾ ਉਹ ਕਿਵੇਂ ਹੋਊਗਾ, ਉਹਨੂੰ ਲੈ ਕੇ ਤੁਸੀਂ ਕੀ? ਉਹ ਤਾਂ ਜੀ ਜਿਹੜੇ ਉੱਥੇ ਟਰੈਕਟਰ ਰੁਕੇ ਹੋਏ ਜਿਨ੍ਹਾਂ ਨੇ, ਉਹਨਾਂ ਦੀ ਵਾਹ ਵਹਾਈ ਦਾ ਪਿੰਡ ਵਾਲੇ ਲੋਕ ਆ ਜਿਹੜੇ ਕਰਨਗੇ, ਇੱਥੇ ਬੰਦਿਆਂ ਕਰਨਗੇ। ਬਾਕੀ ਮਤਲਬ ਐਡਾ ਕੰਮ ਤਾਂ ਕੋਈ ਹੁੰਦਾ ਨਹੀਂ, ਹਾੜੀ 'ਚ ਮਸ਼ੀਨ ਨੇ ਕੰਮ ਕਰਨਾ ਹੈਗਾ, ਅਤੇ ਕੁਛ ਜਿਹੜੇ ਪੜ੍ਹਨ ਵਾਲੇ ਬੱਚੇ ਉਹਨਾਂ ਦੇ ਪੇਪਰ ਵਗੈਰਾ ਹੋ ਜਾਣਗੇ, ਉਹ ਜਾਣਗੇ, ਕਿਸਾਨ ਵੀ ਜਾਣਗੇ, ਤਾਂ ਕੱਠ 'ਚ ਮਤਲਬ ਕਮੀ ਨਹੀਂ ਹੋਣੀ, ਕਿਉਂਕਿ ਉਹ ਨਹੀਂ ਰਹਿਣਾ, ਟਰੈਕਟਰ ਵੀ ਨਹੀਂ ਲੈ ਕੇ ਆਉਣਾ ਹੈਗਾ, ਟਰੈਕਟਰ ਉੱਥੇ ਰਹਿਣਗੇ। ਅਤੇ ਜੇ ਕੋਈ ਲੋੜ ਪੈਂਦੀ ਉਹਨਾਂ ਨੂੰ, ਜਿਹਨਾਂ ਕਿਸਾਨਾਂ ਟਰੈਕਟਰ ਖੜ੍ਹੇ ਆ, ਮਤਲਬ ਆਂਢ ਗੁਆਂਢ ਵਾਲੇ ਪਿੰਡ ਵਾਲੇ, ਉਹ ਪਹਿਲਾਂ ਹੀ ਸਾਰਾ ਬਣਾਈਆਂ ਹੋਈਆਂ ਕਮੇਟੀਆਂ, ਉਹਨਾਂ ਦਾ ਕੰਮ ਕਰਵਾਉਣਾ। ਇੱਕ ਜਿਵੇਂ ਅੱਗੇ ਗਰਮੀ ਦਾ ਮੌਸਮ ਆ ਰਿਹਾ, ਉਹਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ? ਪ੍ਰਬੰਧ ਤਾਂ ਤੁਸੀਂ ਐਂ ਦੇਖ ਲਓ ਵੀ ਟੈਂਟ ਲੱਗ ਰਹੇ ਆ, ਸਾਡੇ ਨਾਲ ਵੀ ਗੱਲ ਹੋਈ ਸੀ, ਕੋਈ ਜਿਹੜੀ ਚੱਟਬੰਦੀ ਹੈ, ਕੋਈ ਟੈਂਟ ਆਪਾਂ ਨੂੰ ਦੇਣਗੇ ਜਿਹਦੀ ਕੀਮਤ 40,000 ਰੁਪਏ ਹੈ, 15x20 ਦਾ ਟੈਂਟ ਹੋਊਗਾ, ਵਾਟਰ ਪਰੂਫ ਹੈ, ਏ ਸੀ ਵੀ ਲੱਗ ਸਕਦਾ ਉਹਦੇ ਵਿੱਚ। ਅਸੀਂ ਟੈਂਟ ਕਾਹਦਾ ਜੀ? ਉਹ ਵਾਟਰ ਪਰੂਫ ਟੈਂਟ ਹੈ, ਵਧੀਆ ਕੱਪੜਾ ਲੱਗਿਆ ਹੋਇਆ ਉੱਪਰ ਉਹਦੇ, ਮਤਲਬ ਜੇ ਮਤਲਬ ਮੀਂਹ ਵੀ ਆ ਜਾਂਦਾ ਹੈਗਾ, ਜੇ ਗੜੇ ਵੀ ਆ ਜਾਂਦੇ, ਤਾਂ ਵੀ ਕੋਈ ਪ੍ਰੋਬਲਮ ਨਹੀਂ ਹੋਈ, ਬਹੁਤ ਵਧੀਆ ਬਣਿਆ ਹੋਇਆ ਹੈਗਾ, ਉਹ ਲੱਗ ਰਹੇ ਨੇ ਸਾਡਾ ਉਹਦੇ ਵਿੱਚ, ਉਹ ਨੰਬਰ ਮੁਤਾਬਕ ਆਉਂਦੇ ਆ। ਅਤੇ 15 ਤਰੀਕ ਨੂੰ ਲਗਭਗ ਆਪਾਂ ਗੱਲ ਹੋਈ ਸੀ, ਇੱਥੇ ਪਿੰਡ ਲੋਰਾਪੁਰ ਤੋਂ ਮੁੰਡਾ ਸੁਖਜੀਤ ਸਿੰਘ ਛਿੱਪਾ, ਉਹਨਾਂ ਨਾਲ ਕਿਸੇ ਗਾਹ ਗੱਲ ਹੋਈ, ਉਹਨਾਂ ਨੇ ਸਾਡੇ ਨਗਰੀ, ਤਾਂ ਆਪਾਂ ਨੂੰ ਟੈਂਟ ਮਿਲ ਜਾਣਾ ਹੈਗਾ, ਉਹਦੇ ਵਿੱਚ ਕੋਈ ਪ੍ਰੋਬਲਮ, ਗਰਮੀ ਵੀ ਨਹੀਂ ਹੁੰਦੀ ਉਹ 'ਚ, ਜਿਵੇਂ ਕਮਰਾ ਹੁੰਦਾ ਉਸ ਤਰ੍ਹਾਂ ਦੀ ਸਿਸਟਮ ਹੋਊਗਾ ਉਹਦੇ ਵਿੱਚ। ਅਤੇ ਅਸੀਂ ਪੱਖੇ ਇੱਥੋਂ ਗੁਰਦੁਆਰਾ ਸਾਹਿਬ ਤੋਂ ਲੈ ਗਏ ਸੀ ਪਹਿਲਾਂ ਹੀ, ਕੁਛ ਉੱਥੇ ਮੁੰਡਿਆਂ ਨੇ ਆਪ ਕਲੈਕਸ਼ਨ ਕਰਕੇ ਲਾ ਤੇ, ਪੱਖੇ ਲੱਗੇ ਹੋਏ ਆ, ਕੂਲਰ ਦਾ ਵੀ ਪ੍ਰੋਗਰਾਮ ਬਣਾ ਰਹੇ ਹਾਂ, ਦੁੱਧ ਖਰਾਬ ਹੋ ਜਾਂਦਾ ਉਹਦੇ ਵਾਸਤੇ, ਫਰਿੱਜ ਦਾ ਅਸੀਂ ਪ੍ਰੋਗਰਾਮ ਬਣਾ ਰਹੇ ਹਾਂ, ਅਤੇ ਜਨਰੇਟਰ ਦੀ ਵੀ ਗੱਲ ਚੱਲੀ ਸੀ, ਪਰ ਜਨਰੇਟਰ ਵੀ ਲੈ ਕੇ ਜਾਵਾਂਗੇ। ਜਿਵੇਂ ਤੁਸੀਂ ਦੁੱਧ ਦੀ ਗੱਲ ਕੀਤੀ ਹੈ, ਮੈਂ ਪਹਿਲਾਂ ਵੀ ਸੁਣਿਆ ਸੀਗਾ ਇਸ ਪਿੰਡ ਤੋਂ ਕਿ ਦੁੱਧ ਡੇਲੀ ਜਾਂਦਾ, ਸਹੀ ਹੈ ਜੀ? ਦੁੱਧ ਇੱਥੋਂ ਤੀਜੇ ਦਿਨ ਜਾਂਦਾ, 40-50 ਕਿਲੋ ਦੁੱਧ ਜਾਂਦਾ, ਤਾਂ ਆਪਣੇ ਜਿਹੜੇ ਉੱਥੇ ਸੰਗਤ ਆਪਣੇ ਬੈਠੇ ਆ, ਉਹਨਾਂ ਨੂੰ ਤਾਂ 10 ਕਿਲੋ ਸਰ ਜਾਂਦਾ ਹੈਗਾ, ਬਾਕੀ ਦੁੱਧ ਜਾਂ ਤਾਂ ਉਹ ਲੰਗਰਾਂ 'ਚ ਪਾਉਂਦੇ ਆ ਲੜਕੇ, ਜਾਂ ਫਿਰ ਉਹ ਜਿਹੜੇ ਆਸੇ ਪਾਸੇ ਟਰਾਲੀਆਂ ਖੜ੍ਹੀਆਂ ਨੇ ਉਹਨਾਂ ਨੂੰ ਦਿੰਦੇ ਆ। ਮੈਨੂੰ ਸੁਣਨ 'ਚ ਇਹ ਗੱਲ ਵੀ ਵੇਟ ਕਰਦੇ ਰਹਿੰਦੇ ਵੀ ਰਾਪੁਰ ਤੋਂ ਦੁੱਧ ਆਊਗਾ, ਅਤੇ ਇੱਥੇ ਮੁੰਡੇ ਪਿੰਡ ਦੇ 2-3 ਡੇਅਰੀਆਂ ਦੇ ਵਿੱਚ ਦੁੱਧ ਜਮ੍ਹਾਂ ਕਰਾਉਂਦੇ ਆ, ਅਤੇ 2-3 ਦਿਨ ਪਹਿਲਾਂ ਗੱਲ ਹੋਈ ਸੀ, ਇੱਕ ਡੇਅਰੀ ਦੇ ਵਿੱਚ ਤਾਂ 3 ਕੁਆਟਲ ਦੁੱਧ ਜਮ੍ਹਾਂ ਪਿਆ ਹੈਗਾ, ਇੱਕ ਦੇ ਵਿੱਚ ਕਹਿੰਦੇ ਵੀ 40-45,000 ਰੁਪਏ ਦੁੱਧ ਜਮ੍ਹਾਂ ਕਰਾਤਾ, ਮਤਲਬ ਉਹ ਮਹੀਨਾ ਵੀ ਚਲੀ ਜਾਵੇ ਤਾਂ ਵੀ ਨਹੀਂ ਮੁੱਕਦਾ, ਦੁੱਧ ਰੋਜ਼ ਇਕੱਠਾ ਕਰਦੇ, ਡੇਅਰੀਆਂ ਜਮ੍ਹਾਂ ਹੋ ਜਾਂਦਾ, ਤਾਜ਼ਾ ਦੁੱਧ ਸੁਬਹਾ ਮਿਲ ਜਾਂਦਾ ਹੈਗਾ, ਅਤੇ ਲੈ ਕੇ ਜਾ ਰਹੇ ਹਾਂ, ਪਰ ਦੁੱਧ ਵੀ ਖਰਾਬ ਹੋਣ ਦੀ ਪ੍ਰੋਬਲਮ ਆ ਰਹੀ ਹੈ, ਉਹਦੇ ਵਾਸਤੇ ਫਿਰ ਜਾਣਾ ਹੁੰਦਾ। ਇੱਕ ਜਿਵੇਂ ਹੁਣ ਪੱਛਮੀ ਬੰਗਾਲ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ, ਤਾਂ ਤੁਹਾਨੂੰ ਕੀ ਲੱਗਦਾ ਇਹ ਕਿਸਾਨ ਮੋਰਚੇ ਉਹਨਾਂ 'ਤੇ ਪ੍ਰਭਾਵ ਪਊਗਾ, ਜਾਂ ਕਿਸਾਨ ਜਥੇਬੰਦੀਆਂ ਆਪਣੇ ਵੱਲੋਂ ਕੀ ਕੋਸ਼ਿਸ਼ ਕਰ ਰਹੀਆਂ ਨੇ ਕਿ ਜਿਹੜਾ ਮੋਦੀ ਸਰਕਾਰ ਦੀ ਹਾਰ ਦੇ ਲਈ? ਕਿਸਾਨ ਜਥੇਬੰਦੀਆਂ ਦਾ 290 ਗੱਡੀਆਂ ਦਾ ਕਾਫਲਾ ਰਵਾਨਾ ਹੋ ਗਿਆ ਕੱਲ੍ਹ, ਉੱਥੇ ਮਤਲਬ ਪ੍ਰਚਾਰ ਕਰਨਗੇ, ਭਾਜਪਾ ਦੀਆਂ ਜਿਹੜੀਆਂ ਲੋਕ ਮਾਰੂ ਨੀਤੀਆਂ ਉਹਨਾਂ ਬਾਰੇ ਦੱਸਣਗੇ, ਅਤੇ ਨੇਤਾ ਦਿੱਗਜ ਨੇਤਾ ਗਏ ਹੋਏ ਉੱਥੇ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ, ਪੂਰੇ ਤਕੜੇ ਮਤਲਬ ਜਿਹੜੇ ਸਾਰੇ ਕਾਨੂੰਨਾਂ ਬਾਰੇ ਜਾਣਦੇ ਆ ਗਏ ਹੋਏ, ਅਤੇ ਭਾਜਪਾ ਦੀ ਹਾਰ ਹੋਊਗੀ ਉੱਥੇ, ਮੇਰੇ ਤਾਂ ਜਿੱਤ ਨਹੀਂ ਸਕਦਾ। ਇੱਕ ਜਿਹੜਾ ਆਪਣਾ ਸਾਰੇ ਪੂਰੇ ਭਾਰਤ ਦੇ ਵਿੱਚ ਕਹਿ ਲਓ ਕਿ ਮਹਾਂਪੰਚਾਇਤਾਂ ਹੋ ਰਹੀਆਂ ਨੇ, ਤਾਂ ਤੁਹਾਨੂੰ ਕੀ ਲੱਗਦਾ ਉਹਨਾਂ ਦਾ ਕੋਈ ਮਤਲਬ ਪ੍ਰਭਾਵ ਪਊਗਾ? ਬਿਲਕੁਲ ਪਊਗਾ, 8 ਦਾ ਹੀ ਪ੍ਰਭਾਵ ਹੈ, ਲੋਕਤੰਤਰੀ ਦੇਸ਼ ਦੇ ਵਿੱਚ ਮਤਲਬ ਲੋਕਾਂ ਦਾ, ਲੋਕ ਵੱਡੇ ਆ, ਨੇਤਾ ਨਹੀਂ ਵੱਡੇ, ਜਿੱਥੇ ਲੋਕ ਇਕੱਠੇ ਹੋ ਗਏ ਨੇਤਾ ਉੱਥੇ ਛੋਟੇ ਆ, ਠੀਕ ਹੈ, ਲੋਕਾਂ ਦਾ ਇਕੱਠ ਹੈ। ਮਹਾਂਪੰਚਾਇਤਾਂ ਦਾ ਤਾਂ ਮਤਲਬ ਵੀ ਇਹ ਹੈ ਵੀ ਅਸੀਂ ਇਕੱਠੇ ਹੋ ਜਾਈਏ, ਅਤੇ ਇਕੱਠੇ ਹੋ ਵੀ ਰਹੇ ਹੈ। ਹਰਿਆਣੇ ਦੇ ਵਿੱਚ ਜਦੋਂ ਮਹਾਂਪੰਚਾਇਤ ਹੁੰਦੀ ਹੈ ਉਸ 'ਚ ਕਾਫੀ ਜ਼ਿਆਦਾ ਇਕੱਠ, ਪੰਜਾਬ 'ਚ ਪਹਿਲੀ ਵਾਰੀ ਹੋਇਆ, ਹਰਿਆਣੇ 'ਚ ਤਾਂ, ਹਰਿਆਣੇ 'ਚ ਰਾਜਸਥਾਨ 'ਚ ਪਹਿਲਾਂ ਵੀ ਹੁੰਦਾ ਸੀਗਾ, ਕੋਈ ਦੋਨੋਂ ਚੱਲਦਾ। ਸੋ ਪੰਜਾਬ 'ਚ ਆਪਣੇ ਚੱਲ ਰਹੇ ਨੇ, ਜਿਵੇਂ ਕੱਲ੍ਹ ਜਗਾ ਰਾਮ ਤੀਰਥ ਹੈ, ਕੱਲ੍ਹ ਨੂੰ ਜਗਾ ਰਾਮ ਤੀਰਥ ਸਿੱਧੂ ਗੁਰਗਾਈ ਵੱਲੋਂ ਪ੍ਰੋਗਰਾਮ ਲਿਖਿਆ ਗਿਆ ਮਹਾਂਪੰਚਾਇਤ, ਕਾਫੀ ਇਕੱਠ ਹੋ ਚੁੱਕਾ। ਕੋਈ ਅੰਦਾਜ਼ਾ ਹੈ ਵੀ ਕੌਣ ਕੌਣ ਆ ਰਹੇ? ਡੱਲੇਵਾਲ ਸਾਹਿਬ ਤਾਂ ਹੋਣਗੇ, ਅਤੇ ਗੁਰਵਿੰਦਰ ਬਰਾੜ ਗਾਇਕ, ਇੱਕ ਦੋ ਨਹੀਂ ਵੀ ਆ ਰਹੇ, ਹੋਰ ਬਣਾ ਰਹੇ ਕਾਫੀ। ਇੱਕ ਸੰਘਰਸ਼ ਦੇ ਵਿੱਚ ਬੀਬੀਆਂ ਦੇ ਸਹਿਯੋਗ ਨੂੰ ਤੁਸੀਂ ਕਿਵੇਂ ਦੇਖਦੇ? ਬੀਬੀਆਂ ਦਾ ਸਹਿਯੋਗ, ਔਰਤਾਂ ਦਾ, ਸਾਡੀਆਂ ਦਾ, ਭੈਣਾਂ ਦਾ, ਮਾਵਾਂ ਦਾ, ਤਾਂ ਸਾਡੇ ਪੁਰਸ਼ਾਂ ਨੂੰ ਵੱਧ ਸਹਿਯੋਗ ਹੈ, ਕਾਫੀ ਗਿਣਤੀ 'ਚ
ਉੱਤੇ ਰੁੱਖ ਟੋਟਲਾਂ ਵੀ ਕਰਦੀਆਂ ਉੱਥੇ ਪਿੰਡਾਂ ਦੇ ਵਿੱਚੋਂ ਲਾਮਬੰਦ ਹੁੰਦੀਆਂ ਸਾਡਾ ਮੰਡੀ ਪਿੰਡ ਹੈ ਤਲਮੰਡੀ ਅਗਲੀ ਆ ਅਤੇ ਉੱਥੋਂ ਦੀਆਂ ਔਰਤਾਂ ਉੱਥੇ ਸੰਘਰਸ਼ ਦੇ ਵਿੱਚ ਪਈਆਂ ਸੀ ਤਾਂ ਉਹਨਾਂ ਦੀ ਸੰਘਰਸ਼ ਦੇ ਦੌਰਾਨ ਮਤਲਬ ਫੋਟੋ ਸੀ ਜਿਹੜੀ ਬਾਰਡ ਪੱਧਰ ਦਾ ਯੂ ਐੱਸ ਏ ਤੋਂ ਇੱਕ ਮੈਗਜ਼ੀਨ ਸ਼ਬਦ ਹੈ ਟਾਈਮ ਤਾਂ ਉਹਦੇ ਬਾਰੇ ਸਾਡੇ ਖਾਲਸਾ ਸਾਈਡ ਦੇ ਜਿਹੜੇ ਸਰਪ੍ਰਸਤ ਨੇ ਰਵੀ ਸਿੰਘ ਉਹਨਾਂ ਨੇ ਔਰਤਾਂ ਨੂੰ ਵਧਾਈ ਵੀ ਦਿੱਤੀ ਔਰ ਉਹਨਾਂ ਨਾਲ ਮਤਲਬ ਔਨਲਾਈਨ ਗੱਲਬਾਤ ਵੀ ਕੀਤੀ ਤਾਂ ਉਹ ਸਕੂਲ ਦੇ ਵਿੱਚ ਗਈਆਂ ਉੱਥੇ ਨੈਟਵਰਕ ਸਿਸਟਮ ਸੀਗਾ ਤਾਂ ਉਹ ਮਤਲਬ ਔਨਲਾਈਨ ਫੇਸ ਟੂ ਫੇਸ ਗੱਲ ਕਰੀ ਅਤੇ ਬੜਾ ਹੌਸਲਾ ਦਿੱਤਾ ਔਰਤਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੇ ਬਰਾਬਰ ਪਿੰਡ ਤੋਂ ਵੀ ਔਰਤਾਂ ਜਾਂਦੀਆਂ ਰਹਿੰਦੀਆਂ ਨੇ ਅਤੇ ਇੱਥੇ ਸੰਘਰਸ਼ ਦੇ ਵਿੱਚ ਸ਼ਮੂਲੀਅਤ ਕਰਦੀਆਂ ਹਰਿਆਣਾ ਤਾਂ ਤਕਰੀਬ ਨਹੀਂ ਅਸੀਂ ਦੇਖਦੇ ਰਹਿੰਦੇ ਹਾਂ ਗੱਲਾਂ ਪਰ ਕਾਫੀ ਮਤਲਬ ਹੈ ਹੁਣ ਔਰਤ ਦਿਵਸ ਸੀਗਾ ਅਤੇ ਉਸ ਦਿਨ ਮਤਲਬ ਉੱਥੇ ਕਾਫੀ ਗਿਣਤੀ ਦੇ ਵਿੱਚ ਔਰਤਾਂ ਉੱਥੇ ਪਹੁੰਚੀਆਂ ਸੀਗੀਆਂ ਸਾਡੇ ਮਾਨਸਾ ਤੋਂ ਉੱਧਰ ਬੁਰਜ ਹਰੀ ਤੋਂ ਬੱਸਾਂ ਭਰ ਇੱਕ ਜਿਵੇਂ ਆਪਾਂ ਦੇਖਿਆ ਜੀ ਸਰਕਾਰਾਂ ਕਹਿ ਲਓ ਜਾਂ ਜੋ ਵੀ ਕਿਸਾਨੀ ਸੰਘਰਸ਼ ਦੇ ਖਿਲਾਫ ਹੈ ਉਹਨਾਂ ਵੱਲੋਂ ਸੰਘਰਸ਼ ਨੂੰ ਫੇਲ ਕਰਨ ਲਈ ਕਾਫੀ ਚਾਲਾਂ ਚਲੀਆਂ ਜਾਂਦੀਆਂ ਨੇ ਉਸ ਚੀਜ਼ ਨੂੰ ਉੱਥੋਂ ਦੇ ਜਿਹੜੇ ਆਗੂ ਨੇ ਉਹ ਕਿਵੇਂ ਮੈਨੇਜ ਕਰ ਰਹੇ ਨੇ ਕਿਵੇਂ ਲੋਕ ਉੱਥੋਂ ਦੇ ਸੁਚੇਤ ਹੋ ਰਹੇ ਨੇ ਉਸ ਚੀਜ਼ ਨੂੰ ਮਤਲਬ ਸੰਘਰਸ਼ ਨੂੰ ਤਾਂ ਜਦੋਂ ਸਰਕਾਰ ਨਾਕਾਮ ਹੋ ਜਾਵੇ ਫਿਰ ਉਹ ਮਤਲਬ ਅਜਿਹੀਆਂ ਚਾਲਾਂ ਚੱਲਦੀਆਂ ਵੀ ਜਿਹੜਾ ਸੰਘਰਸ਼ ਡੀਲ ਹੋ ਜਾਵੇ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਵਰਤਦੀ ਹੈ ਕਦੇ ਉਹ ਕੋਈ ਬਿਆਨ ਦਬਾ ਦਿੰਦੀ ਹੈ ਜਾਂ ਕੋਈ ਕਈ ਵਾਰੀ ਚਾਰ ਬੰਦੇ ਇਕੱਠੇ ਕਰਕੇ ਉਹਨਾਂ ਨੂੰ ਕਿਸਾਨ ਜਲਦੀ ਕਿਸਾਨ ਬਣਾ ਕੇ ਮੀਟਿੰਗ ਰੱਖ ਲੈਂਦੀ ਹੈ ਵੀ ਆਹ ਦੇਖੋ ਜੀ ਇਹ ਫਲਾਨੀ ਜਥੇਬੰਦੀ ਹੈ ਜਾਂ ਇਹ ਫਲਾਨੇ ਕਿਸਾਨਾਂ ਨੇ ਕਾਨੂੰਨ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਅਤੇ ਜਿਹੜੇ ਨੇਤਾ ਉੱਥੇ ਬੈਠੇ ਨੇ ਦਿਗਜ ਨੇਤਾ ਨੇ ਜਿਹੜੇ ਯੂਨੀਅਨਾਂ ਦੇ ਆਗੂ ਨੇ ਉਹ ਦੱਸਦੇ ਰਹਿੰਦੇ ਲੋਕਾਂ ਨੂੰ ਹੁਣ ਤਾਂ ਤਕਰੀਬਨ ਸਭ ਨੂੰ ਪਤਾ ਲੱਗ ਗਿਆ ਸਾਰੇ ਉੱਥੇ ਮਤਲਬ ਵਧੀਆ ਨੇਤਾ ਹੀ ਬਣ ਗਏ ਸਾਰੇ ਜਿਹੜੇ ਆਮ ਲੋਕ ਸੀ ਜਾਂ ਜਥੇਬੰਦੀ ਛੋਟੇ ਮੋਟੇ ਵਰਕਰ ਕੰਮ ਕਰਦੇ ਨਾ ਉਹ ਵੀ ਸਿੱਖ ਗਏ ਵੀ ਕਿਵੇਂ ਲੜਨਾ ਹੈਗਾ ਤਾਂ ਉਹ ਮਤਲਬ ਉੱਥੇ ਦੱਸਦੇ ਆ ਸੁਭਾਅ ਜਦੋਂ ਉੱਥੇ ਸਟੇਜਾਂ ਚੱਲਦੀਆਂ ਨੇ ਸਿੰਘੂ ਬਾਰਡਰ 'ਤੇ ਟਿੱਕਰੀ ਬਾਰਡਰ 'ਤੇ ਗਾਜ਼ੀਪੁਰ 'ਤੇ ਦੱਸਿਆ ਜਾਂਦਾ ਵੀ ਫਵਾਵਾਂ ਤੋਂ ਸਾਵਧਾਨ ਰਹਿਣਾ ਤਾਂ ਲੋਕ ਸਾਵਧਾਨ ਨੇ ਕੋਈ ਕਿਸੇ ਗੱਲ ਦੀ ਪ੍ਰੋਬਲਮ ਨਹੀਂ ਹੋਈ ਵਧੀਆ ਸਿਸਟਮ ਚੱਲ ਰਿਹਾ ਹੈਗਾ ਉਹ ਵੀ ਉਹਨਾਂ ਦੀਆਂ ਚਾਲਾਂ ਜਿਹੜੀਆਂ ਫੇਲ ਹੋ ਚੁੱਕੀਆਂ ਨੇ ਸਰਕਾਰ ਦੀਆਂ ਸਰਕਾਰ ਦੀ ਹੁਣ ਕੋਈ ਚਾਲ ਨਹੀਂ ਚੱਲ ਰਹੀ ਹੁਣ ਤਾਂ ਜਦੋਂ ਮੰਨਣਾ ਹੀ ਪੈਣਾ ਉਹਨਾਂ ਨੂੰ ਹੋਰ ਤਾਂ ਉਹਨਾਂ ਦਾ ਕੋਈ ਚਾਰਾ ਨਹੀਂ ਚੱਲਣਾ ਹੈਗਾ ਤਾਂ ਇਸ ਬਾਰੇ ਤਾਂ ਹਰ ਰੋਜ਼ ਵਾਰਤਾਲਾਪ ਹੁੰਦੀ ਹੈ ਜਥੇਬੰਦੀਆਂ ਆਪੋ ਗ੍ਰਾਮ ਸਮਿਤੀ 'ਤੇ ਬਹਿ ਕੇ ਗੱਲਬਾਤ ਕਰਦੀਆਂ ਨੇ ਦੱਸਿਆ ਜਾਂਦਾ ਵਰਕਰਾਂ ਨੂੰ ਆਗੂਆਂ ਨੂੰ ਰਣਨੀਤੀ ਲਿਖੀ ਜਾਂਦੀ ਹੈ ਪਿੰਡਾਂ ਦੀ ਰਣਨੀਤੀ ਲਿਖੀ ਜਾਂਦੀ ਹੈ ਉੱਥੇ ਬਾਰਡਰ ਦੀ ਰਣਨੀਤੀ ਲਿਖੀ ਜਾਂਦੀ ਹੈ ਇਸ ਤਰ੍ਹਾਂ ਦੀ ਅਫਵਾਹਾਂ ਤੋਂ ਬਚਿਆ ਜਾਂਦਾ ਇੱਕ ਜਿਵੇਂ ਆਪਾਂ ਦੇਖ ਰਹੇ ਹਾਂ ਵੀ ਪੈਟਰੋਲ ਡੀਜ਼ਲ ਇਹਨਾਂ ਦੀ ਕੀਮਤਾਂ ਵਧੀਆ ਜਾਂਦੀਆਂ ਨੇ ਹਰ ਖੇਤਰ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਰਕਾਰ ਜਾਣਬੁੱਝ ਕੇ ਵਧਾ ਰਹੀ ਹੈ ਮਤਲਬ ਜਨਤਾ ਨੂੰ ਪਰੇਸ਼ਾਨ ਕਰਨ ਦਾ ਇੱਕ ਤਰੀਕਾ ਇਹ ਅਤੇ ਜਿਹੜੀਆਂ ਪ੍ਰਾਈਵੇਟ ਕਰਨ ਜਾਂ ਕਰ ਰਹੇ ਨੇ ਉਹ ਕਾਰਪੋਰੇਟ ਘਰਾਣਿਆਂ ਨੂੰ ਚਚਕਣਾ ਅਤੇ ਜਨਤਕ ਖੇਤਰ ਨੂੰ ਮਤਲਬ ਖਰਾਬ ਕਰਨਾ ਤਾਂ ਉਹ ਤਾਂ ਬਹੁਤ ਹੀ ਮਾੜੀ ਗੱਲ ਆ ਜੇ ਜਿਵੇਂ ਹੁਣ ਰੇਲਵੇ ਨੂੰ ਕਹਿ ਰਹੇ ਸੀ ਸਾਡੀਆਂ ਹਜ਼ਾਰਾਂ ਹੀ ਨੌਕਰੀਆਂ ਉਹਦੇ ਵਿੱਚ ਤਾਂ ਸਾਡੇ ਹਜ਼ਾਰਾਂ ਲੋਕ ਬੇਰੁਜ਼ਗਾਰ ਹੋ ਜਾਣਗੇ ਉੱਥੇ ਜਿਹਨੂੰ ਨੌਕਰੀ ਮਿਲੂ ਤਾਂ ਬਹੁਤ ਘੱਟ ਕੰਮ ਕਾਫੀ ਲੈਣਗੇ ਉਹਨਾਂ ਤੋਂ ਠੀਕ ਹੈ ਸੋ ਇਹ ਤਾਂ ਬਹੁਤ ਗਲਤ ਰਣਨੀਤੀ ਹੈ ਸਰਕਾਰ ਦੀ ਜਿਵੇਂ BSNL ਬਾਰੇ ਤੁਸੀਂ ਜਾਣਦੇ ਹੋ BSNL ਇੱਕ ਬਹੁਤ ਵਧੀਆ ਅਦਾਰਾ ਸੀ ਔਰ ਉਹਦੀ ਨੈੱਟਵਰਕ ਬਹੁਤ ਵਧੀਆ ਸੀਗਾ ਅਤੇ ਆਪਣੀਆਂ ਕੰਪਨੀਆਂ ਨੂੰ ਦੂਜਿਆਂ ਨੂੰ ਪ੍ਰਾਈਵੇਟ ਕੰਪਨੀਆਂ ਵਿੱਚ ਚੱਕਣ ਵਾਸਤੇ BSNL ਨੂੰ ਫੇਲ ਕਰਤਾ ਸਰਕਾਰ ਨੇ ਕਾਫੀ ਲੋਕਾਂ ਦਾ ਭਵਿੱਖ ਚਲਿਆ ਗਿਆ ਇੱਕ ਆਪਣਾ ਸੋਸ਼ਲ ਮੀਡੀਆ 'ਤੇ ਇਹ ਵੀ ਚੱਲ ਰਿਹਾ ਜੀ ਦੋ ਦਿਨ ਤੋਂ ਜਿਹੜਾ ਬਿਜਲੀ ਅਦਾਰਾ ਸੀਗਾ ਬਿਜਲੀ ਅਦਾਰੇ ਸੀ ਬਿਜਲੀ ਮਹਿਕਮੇ ਜਿੰਨੇ ਬੰਦੇ ਸੀਗੇ ਉਹਨਾਂ ਕੋਲ ਵੋਡਾਫੋਨ ਸਿਮ ਚੱਲ ਰਹੀ ਸੀ ਹੁਣ ਪੰਜਾਬ ਸਰਕਾਰ ਵੱਲੋਂ ਸਪੈਸ਼ਲ ਹਦਾਇਤ ਦਿੱਤੀ ਗਈ ਹੈ ਨੋਟਿਸ ਭੇਜੇ ਗਏ ਆ ਕਿ ਸਾਰਿਆਂ ਨੂੰ ਜੀਓ ਦਾ ਸਿਮ ਵਰਤਣਾ ਜ਼ਰੂਰੀ ਹੋਊਗਾ ਉਹਨੂੰ ਤੁਸੀਂ ਕਿਵੇਂ ਦੇਖੋ ਕਾਰਪੋਰੇਟ ਘਰਾਣੇ ਨੇ ਉਹ ਉਹਨਾਂ ਨੇ ਸਾਡੇ ਜਿਹੜੇ ਲੀਡਰ ਨੇ ਜਾਂ ਸਾਡੇ ਜਿਹੜੇ ਹੁੰਦੇ ਨੇ ਸਾਡੇ ਲੋਕ ਸਰਕਾਰਾਂ ਚਲਾਉਂਦੇ ਆ ਉਹਨਾਂ ਨੂੰ ਮਤਲਬ ਉਹ ਉਹਨਾਂ ਨੂੰ ਵੋਟਾਂ ਪਾਉਣ ਵਾਸਤੇ ਹਰ ਚੀਜ਼ ਦੀ ਮਦਦ ਕਰਦੇ ਉਹਨਾਂ ਟਾਈਮਾਂ ਦੇ ਵਿੱਚ ਪੈਸਾ ਵੀ ਦਿੰਦੇ ਆ ਉਹਨਾਂ ਦੇ ਜੋੜ ਲਾਉਂਦੇ ਉਹ ਆਪਣੀਆਂ ਮੰਗਾਂ ਮਰਵਾ ਰਹੇ ਆ ਮੁਲਾਜ਼ਮ ਨੂੰ ਸਰਕਾਰ ਦੀ ਮੰਨਣੀ ਪੈਂਦੀ ਹੈ ਕਿਉਂਕਿ ਉਹ ਨੌਕਰ ਹੈ ਸਰਕਾਰ ਦਾ ਲੇਕਿਨ ਉਹਦੇ ਹਲੇ ਇੰਪਲੀਮੈਂਟ ਤਾਂ ਨਹੀਂ ਹੋਇਆ ਖਬਰਾਂ ਆ ਰਹੀਆਂ ਨੇ ਵੀ ਜੀਓ ਦੀ ਸਿਮ ਵਰਤੋ ਤਾਂ ਮਾੜੀ ਗੱਲ ਹੈ ਸਰਕਾਰ ਦੀ ਕਿਉਂਕਿ ਕੋਈ ਵੀ ਕਿਸੇ ਵੀ ਕੰਪਨੀ ਦਾ ਸਿਮ ਰੱਖ ਸਕਦਾ ਹੈਗਾ ਬੰਦ ਸ਼ਰੀਰ ਹੋਣੀ ਚਾਹੀਦੀ ਇੱਕ ਆਪਾਂ ਦੇਖ ਰਹੇ ਹਾਂ ਵੀ ਜਿਹੜੇ ਨੌਜਵਾਨ ਨੇ ਆਪਣੇ ਪੰਜਾਬ ਦੇ ਨਾਲ ਸਾਰੇ ਦੇਸ਼ 'ਚ ਲਾ ਲਓ ਉਹ ਇੰਟਰਨੈਟ ਦੇ ਨਾਲ ਕਾਫੀ ਜ਼ਿਆਦਾ ਜੁੜੇ ਹੋਏ ਨੇ ਅਤੇ ਉੱਥੇ ਜਦੋਂ ਸੰਘਰਸ਼ ਦੇ ਵਿੱਚ ਜਾਂਦੇ ਉਹਨਾਂ ਦੇ ਮਨ ਦੇ ਵਿੱਚ ਇੱਕ ਵਹਿਮ ਹੈ ਕਿ ਉੱਥੇ ਇੰਟਰਨੈਟ ਦੀ ਸੁਵਿਧਾ ਨਹੀਂ ਹੈਗੀ ਜਾਂ ਕਮਜ਼ੋਰ ਚੱਲ ਰਿਹਾ ਤਾਂ ਹੁਣ ਉੱਥੇ ਇੰਟਰਨੈਟ ਦੀ ਕੀ ਸੁਵਿਧਾ ਤੁਸੀਂ ਉੱਥੇ ਜਾਂਦੇ ਹੋ ਇੰਟਰਨੈਟ ਉੱਥੇ BSNL ਦਾ ਨਹੀਂ ਹੈਗਾ ਬਿਲਕੁਲ ਨਹੀਂ ਹੈਗਾ BSNL ਵਰਤਦੀ ਨਹੀਂ ਹੈਗੀ ਉੱਥੇ ਸ਼ਾਇਦ ਟਾਵਰ ਹੀ ਹੈਗੇ ਬਹਾਦਰਗੜ੍ਹ ਦੇ ਵਿੱਚ ਤਾਂ ਦੂਸਰੇ ਚੱਲਦੇ ਆ ਉੱਥੇ ਏਅਰਟੈੱਲ ਹੈ ਵੋਡਾਫੋਨ ਹੈ ਆਈਡੀਆ ਹੈ ਚੱਲਦੇ ਆ ਮੈਂ ਰਿਹਾ ਉੱਥੇ ਲੇਕਿਨ ਨੈੱਟਵਰਕ ਦੀ ਸਮੱਸਿਆ ਵੀ ਉੱਥੇ ਰਸ਼ ਜ਼ਿਆਦਾ ਹੋ ਗਿਆ ਜਿਹੜੇ ਟਾਵਰ ਨੇ ਉਹ ਉੱਨੀ ਗਿਣਤੀ ਦੀ ਨੇ ਜਿੰਨੇ ਕੁ ਚਾਹੀਦੇ ਸੀ ਤਾਂ ਥੋੜ੍ਹਾ ਜਿਹਾ ਫਰਕ ਤਾਂ ਪੈਂਦਾ ਹੈਗਾ ਸ਼ਾਮ ਨੂੰ ਜਦੋਂ ਚਲਾਉਣੇ ਨੈੱਟਵਰਕ ਨਹੀਂ ਕੋਈ ਅਜਿਹੀ ਪ੍ਰੋਬਲਮ ਨਹੀਂ ਚੱਲ ਰਿਹਾ ਮਤਲਬ ਪੂਰੀ ਬਿਲਕੁਲ ਬੰਦ ਨਹੀਂ ਨਹੀਂ ਬਿਲਕੁਲ ਬੰਦ ਨਹੀਂ ਇਸ ਤਰ੍ਹਾਂ ਵੀ ਹੈ ਨਹੀਂ ਵੀ ਪ੍ਰੋਬਲਮ ਆ ਗਈ ਕੋਈ ਪ੍ਰੋਬਲਮ ਨਹੀਂ ਚੱਲਦਾ ਅਸੀਂ ਵਰਤਦੇ ਰਹੇ ਹਾਂ ਫੋਟੋਆਂ ਭੇਜ ਰਹੇ ਹਾਂ
ਜ਼ਿਆਦਾਤਰ ਉੱਥੇ ਕਈ ਵਾਰੀ ਅਸੀਂ ਲਾਈਵ ਵੀ ਕਰ ਲਈ ਸਟੇਜ ਤੋਂ ਵੀ ਵਧੀਆ ਬੁਲਾਰਾ ਬੋਲਦਾ ਲਾਈਵ ਕਰ ਦਿੰਦੇ ਸੀ ਚੱਲਦਾ ਸੀ ਕੋਈ ਪ੍ਰੋਬਲਮ ਇੱਕ ਪੂਰਾ ਜਿਵੇਂ ਰਾਸ਼ਨ ਪਾਣੀ ਦਾ ਜਾਂ ਹੋਰ ਕਿਸੇ ਚੀਜ਼ ਦੀ ਕਮੀ ਤਾਂ ਨਹੀਂ ਬਿਲਕੁਲ ਪਹਿਲੀ ਤਰ੍ਹਾਂ ਸਹੀ ਚੱਲ ਰਿਹਾ ਫਿਰ ਕੋਈ ਕਮੀ ਨਹੀਂ ਹੈਗੀ ਪ੍ਰੋਬਲਮ ਬਸ ਇੱਕ ਪ੍ਰੋਬਲਮ ਥੋੜ੍ਹੀ ਜਿਹੀ ਆ ਰਹੀ ਹੁਣ ਜਿਵੇਂ ਵੀ ਦੁੱਧ ਹਰਿਆਣੇ ਦੇ ਭਰਾ ਜਾਂ ਰਾਜਸਥਾਨ ਦੇ ਲੈ ਕੇ ਆਉਂਦੇ ਸੀ ਜਿਹੜੇ ਜਿਵੇਂ ਅੱਜ ਸ਼ਾਮ ਨੂੰ ਇਕੱਠਾ ਕਰਿਆ ਦੂਜੇ ਦਿਨ ਲੈ ਕੇ ਥੋੜ੍ਹਾ ਖਰਾਬ ਹੋ ਜਾਂਦਾ ਪ੍ਰੋਬਲਮ ਕੋਈ ਨਹੀਂ ਵਧੂ ਆ ਰਿਹਾ ਦੁੱਧ ਸਬਜ਼ੀਆਂ ਮੌਸਮੀ ਸਬਜ਼ੀਆਂ ਆ ਰਹੀਆਂ ਨੇ ਠੀਕ ਹੈ ਪਾਣੀ ਆ ਰਿਹਾ ਲੱਕੜ ਆ ਰਹੀ ਕੋਈ ਪ੍ਰੋਬਲਮ ਨਹੀਂ ਹੁਣ ਤਾਂ ਖਾਲਸਾ ਵਾਲੇ ਪੱਖੇ ਦੇਣ ਲੱਗ ਗਏ ਪੱਖੀਆਂ ਦੇ ਦਿੰਦੇ ਆ ਫਰਾਟੇ ਪੱਖੇ ਦੇਣ ਲੱਗ ਗਏ ਜਿਵੇਂ ਪਹਿਲਾਂ ਸੈਲਾਂ 'ਚ ਕੰਬਲ ਦਿੰਦੇ ਸੀਗੇ ਹੁਣ ਪੱਖੇ ਦੇ ਦਿੰਦੇ ਸੋ ਤੁਸੀਂ ਦੇਖਿਆ ਅੱਜ ਅਸੀਂ ਗੱਲਬਾਤ ਕੀਤੀ ਮੱਖਣ ਸਿੰਘ ਢਾਲੀਵਾਲ ਜੀ ਦੇ ਨਾਲ ਇਹਨਾਂ ਨੇ ਸਾਰਾ ਉੱਥੇ ਜਿਹੜਾ ਹੁਣ ਮੌਜੂਦਾ ਹਾਲਾਤ ਨੇ ਉਹਨਾਂ ਬਾਰੇ ਚਾਨਣਾ ਪਾਇਆ ਅਤੇ ਇਹਨਾਂ ਨੇ ਜਾਣਕਾਰੀ ਦਿੱਤੀ ਕਿ ਕੋਈ ਵੀ ਜਿਹੜੇ ਭਰਮ ਫੈਲਾਇਆ ਜਾ ਰਿਹਾ ਹੈ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਕਿ ਸੰਘਰਸ਼ ਕਮਜ਼ੋਰ ਹੋ ਗਿਆ ਇੰਟਰਨੈਟ ਦੀਆਂ ਸੁਵਿਧਾਵਾਂ ਬੰਦ ਹੋ ਗਈਆਂ ਇਹੋ ਜਿਹਾ ਕੁਛ ਨਹੀਂ ਹੈਗਾ ਸਾਰਾ ਬਿਲਕੁਲ ਨੋਰਮਲ ਚੱਲ ਰਿਹਾ ਇੱਕ ਜਿਹੜੀ ਆਪਾਂ ਇਹਨਾਂ ਨਾਲ ਗੱਲਬਾਤ ਕੀਤੀ ਕਿ ਅੱਗੇ ਸਾਰਿਆਂ ਨੂੰ ਖਾਸ਼ਾ ਸੀਗਾ ਹਾੜੀ ਦੀ ਜਿਹੜੀ ਰੁੱਤ ਨੂੰ ਲੈ ਕੇ ਵੀ ਉੱਥੇ ਉਹਦੇ ਕਰਕੇ ਗਿਣਤੀ ਘਟੂਗੀ ਜਾਂ ਕੰਮ ਦੇ ਕਰਕੇ ਕਿਸਾਨਾਂ ਨੂੰ ਦਿੱਕਤ ਆਊਗੀ ਉਹ ਵੀ ਇਹਨਾਂ ਨੇ ਕਿਹਾ ਕਿ ਪਿੰਡਾਂ ਦੇ ਵਿੱਚ ਕਮੇਟੀਆਂ ਬਣੀਆਂ ਹੋਈਆਂ ਨੇ ਵਾਰੀ ਜਿਵੇਂ ਸਾਰਿਆਂ ਦੀ ਚੱਲ ਰਹੀ ਹੈ ਉਹਨਾਂ ਦੇ ਜਿਹੜੇ ਇੱਥੇ ਕੰਮ ਹੋਊਗਾ ਕਮੇਟੀਆਂ ਦੁਆਰਾ ਉਹਨਾਂ ਦੀ ਸਹਾਇਤਾ ਕੀਤੀ ਜਾਊਗੀ ਅਤੇ ਜਾਂਦੇ ਆਉਂਦੇ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਸੰਦੇਸ਼ ਤਾਂ ਇਹੀ ਹੈ ਬਸ ਵੀ ਸਾਡੀ ਸਾਰਿਆਂ ਦੀ ਸਾਂਝੀ ਲੜਾਈ ਹੈ ਕਿਸੇ ਇੱਕ ਬੰਦੇ ਦੀ ਇਹ ਨਹੀਂ ਕਿਉਂਕਿ ਸਾਡੇ ਵਕਤ ਸਾਰੇ ਲੋਕਾਂ ਦੇ ਪਿਆ ਹੋਇਆ ਹੈ ਬੇਸ਼ੱਕ ਉਹ ਸਾਡਾ ਮਜ਼ਦੂਰ ਭਰਾ ਹੈ ਬੇਸ਼ੱਕ ਉਹ ਕਿਸਾਨ ਹੈ ਬੇਸ਼ੱਕ ਉਹ ਮੁਲਾਜ਼ਮ ਹੈ ਬੇਸ਼ੱਕ ਉਹ ਦੁਕਾਨਦਾਰ ਹੈ ਸਾਨੂੰ ਲੜ ਕੇ ਲੜਾਈ ਲੜਨੀ ਚਾਹੀਦੀ ਹੈ ਜੇ ਅਸੀਂ ਸਾਰੇ ਲੜ ਕੇ ਲੜਾਈ ਲੜਾਂਗੇ ਤਾਂ ਜਿੱਤ ਕੇ ਆਵਾਂਗੇ ਅਤੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸਾਨੂੰ ਪਰੇਸ਼ਾਨੀ ਨਹੀਂ ਆਊਗੀ ਕਿ ਅਸੀਂ ਵਧੀਆ ਢੰਗ ਨਾਲ ਲੜਾਈ ਲੜਦੇ ਅਤੇ ਤੁਹਾਡਾ ਜਿਹੜਾ ਚੈਨਲ ਹੈ ਆਵਾਜ਼ ਕੌਮ ਟੀਵੀ ਇਹ ਤਾਂ ਬਹੁਤ ਧੰਨਵਾਦ ਹੈ ਮੈਂ ਵੀ ਦੋ ਵਾਰੀ ਇੰਟਰਵਿਊ ਕਰ ਚੁੱਕਿਆ ਅਸੀਂ ਨਾ ਕਈ ਵਾਰੀ ਧਰਨਾ 'ਤੇ ਜਾਂਦੇ ਮਤਲਬ ਜਿਵੇਂ ਇੱਕ ਨਾ ਅਸੀਂ ਕੋਟਲੀ ਧਰਨੇ 'ਤੇ ਗਏ ਲੈਂਡ 'ਤੇ ਬੈਠੇ ਸੀ ਉੱਥੇ ਵੀ ਤੁਸੀਂ ਤੁਹਾਡੇ ਚੈਨਲ ਨੇ ਬਹੁਤ ਮਦਦ ਕਰੀ ਹੈ ਜ਼ਮੀਨੀ ਪੱਧਰ 'ਤੇ ਪੂਰਾ ਮਤਲਬ ਜਿਹੜਾ ਤੁਹਾਡਾ ਚੈਨਲ ਹੈ ਬਹੁਤ ਜ਼ਿਆਦਾ ਵਧੀਆ ਕੰਮ ਕਰ ਰਿਹਾ ਹੈ ਤਾਂ ਅਸੀਂ ਤਾਂ ਇਹੀ ਉਮੀਦ ਕਰਾਂਗੇ ਪਰਮਾਤਮਾ ਅੱਗੇ ਵੀ ਚੈਨਲ ਵਧੇ ਖੁੱਲ੍ਹੇ ਅਤੇ ਲੋਕਾਂ ਤੱਕ ਸਰਕਾਰ ਦੀ ਜਿਹੜੀਆਂ ਗਲਤ ਨੀਤੀਆਂ ਨੇ ਉਹ ਪਹੁੰਚਾਵੇ ਤਾਂ ਕਿ ਅਸੀਂ ਸ਼ਰਾਬ ਚੁਣ ਲੇਪਰੇ ਜਾ ਸਕੀਏ ਬੱਚਿਆਂ ਕੋਲ ਜ਼ਰੀਆ ਹੈਗਾ ਬਹੁਤ ਵਧੀਆ ਧੰਨਵਾਦ ਥੈਂਕਸ